ਮਾਮਲਾ ਕਰਨ ਵੀ ਕੀ ਮਾਮਲਾ ਕੀ ਹੈ ਕਿਸ ਤਰ੍ਹਾਂ ਝਗੜਾ ਹੋਇਆ ਸਾਰਾ ਕਿੱਦਾਂ ਸਟਾਰਟਿੰਗ ਕਿੱਥੋਂ ਹੋਈ ਹੈ ਸਟਾਰਟਿੰਗ ਵੀ ਹੈ ਆਪਾਂ ਵੀ ਵਿਆਹ ਗਿਆ ਹੈ ਵਿਆਹ ਮੇਰੇ ਭਰਾ ਦਾ ਤੇ ਇਹਨਾਂ ਸਾਰਿਆਂ ਨੂੰ ਸੱਦਿਆ ਲਾ ਕੇ ਬੰਨੇ ਸਾਰੇ ਮੁਹੱਲੇ ਵਾਲੇ ਸੱਦਿਆ ਪ੍ਰੇਮ ਪਿਆਰੀ ਸਾਡਾ ਜਿਨ੍ਹਾਂ ਨਾਲ ਸਾਰੇ ਸਾਡੇ ਰਿਸ਼ਤੇਦਾਰ ਹੀ ਆ ਸਾਰਿਆਂ ਨੇ ਆਪਾਂ ਸੱਦਿਆ ਤੇ ਬਰਾਤੇ ਗਿਆ ਸਾਰਾ ਕੁਛ ਕੀਤਾ ਵਾ ਤੇ ਇਹ ਸਾਰੇ ਆ ਗਏ ਤੇ ਮੈਂ ਹੀ ਇਹਨਾਂ ਨੂੰ ਖੜਿਆ ਗਿਆ ਵੀ ਆਓ ਚੱਲੀਏ ਉਹ ਵੀ ਚਲੋ ਚਲ ਗਏ ਡੀ ਜੇ ਬੰਦ ਕਰਾ ਦੇ ਘਰ ਰੋਟੀ ਰੋਟੀ ਖਾਣ ਵਾਸਤੇ ਤੇ ਸਾਰੇ ਚਲ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਵੀ ਆਓ ਚੱਲੀਏ ਡੀ ਜੇ ਚਾਲੂ ਕਰੀਏ ਆਪਾਂ ਤੇ ਭੰਗੜਾ ਪਾਈਏ ਤੇ ਉੱਥੋਂ ਡੀ ਜੇ ਤੋਂ ਮੁੜ ਕੇ ਬਾਅਦ ਵਿੱਚ ਇਹਨਾਂ ਦੀ ਲੜਾਈ ਹੋ ਗਈ ਆਪਸ 'ਚ ਤੇ ਸਾਰੇ ਅਸੀਂ ਵੀ ਆਪਾਂ ਆਪਣੇ ਡੀ ਜੇ 'ਚ ਬੰਦ ਕਰਵਾ ਕੇ ਘਲਾ ਤਾ ਸਾਰੇ ਘਰੇ ਇਹ ਮੁੜ ਕੇ ਦੋਵਾਂ ਘਰਾਂ ਦੀ ਆਪਸ ਵਿੱਚ ਫਿਰ ਦੁਬਾਰਾ ਉਹ ਆਇਆ ਹੋਇਆ ਕਿਤੇ ਤੇ ਆਪਾਂ ਦੋਵਾਂ ਘਰਾਂ ਦੀ ਲੜਾਈ ਹੋਈ ਉਹ ਤੁਹਾਡੇ ਜਿਹੜੇ ਰਿਸ਼ਤੇਦਾਰ ਕੌਣ ਹੈਗੇ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਮੇਰੇ ਚਾਚਾ ਜੀ ਪਹਿਲਾਂ ਵੀ ਉਹਦੇ 'ਤੇ ਕੋਈ ਪਰਚੇ ਪੁਰਚੇ ਜਿਹੜਾ ਨਹੀਂ ਚਾਚਾ ਜੀ ਦੇ ਕੋਈ ਪਰਚਾ ਪੁਰਚਾ ਨਹੀਂ ਅਤੇ ਜਿਹਨੇ ਗੋਲੀ ਚਲਾਈ ਉਹ ਕੌਣ ਹੈ ਹਾਂਜੀ ਜਿਹਨੇ ਗੋਲੀ ਚਲਾਈ ਉਹ ਕੌਣ ਹੈ ਮੈਂ ਉਹ ਉਹਨਾਂ ਦਾ ਭਨੇਵਾ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਹਾਂਜੀ ਉਹ ਕਿੱਥੋਂ ਦਾ ਰਹਿਣ ਵਾਲਾ ਉਹ ਅੰਮ੍ਰਿਤਸਰ ਤੋਂ ਰਹਿਣ ਵਾਲਾ ਇੱਥੇ ਕਿੱਦਾਂ ਆਇਆ ਉਹ ਵਿਆਹ ਦੇ ਆਇਆ ਵਿਆਹ ਦੇ ਆਇਆ ਸੀਗਾ ਵਿਆਹ ਦੇ ਆਇਆ ਸੀ ਸ਼ਰਾਬ ਸ਼ੁਰੂ ਕੀਤੀ ਸੀ ਉਹਨੇ ਕਿ ਜਾਂ ਹਾਂਜੀ ਸ਼ਰਾਬ ਸ਼ੁਰੂ ਕੀਤੀ ਸੀ ਸ਼ਰਾਬ ਪੀਤੀ ਸੀ ਉਹਦੇ ਕੋਲ ਆਪਣਾ ਪਿਸਤੌਲ ਹੈ ਕਿ ਜਾਂ ਫਿਰ ਕਿਹੜਾਗਾ ਪਤਾ ਨਹੀਂ ਜੀ ਇੰਨਾ ਨਹੀਂ ਪਤਾ ਵੀ ਜਿਆਦਾ ਆਪਦਾ ਵੱਧ ਜਾਂ ਪਰ ਇਹ ਘਰ ਵਾਲੇ ਕਹਿ ਰਹੇ ਕਿ ਪਤਾ ਨਹੀਂ ਨਾ ਪਿਸਤੌਲ ਘਰ ਵਾਲੇ ਕਹਿ ਰਹੇ ਤਿੰਨ ਪਿਸਤੌਲਾਂ 'ਚੋਂ ਗੋਲੀਆਂ ਨਿਕਲੀਆਂ ਵਾ ਹਾਂਜੀ ਤਿੰਨ ਪਿਸਤੌਲ ਕਿਹੜੇ ਸੀ ਉਹਨਾਂ ਦੇ ਇੰਨਾ ਪਤਾ ਨਹੀਂ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਹੋਣਾ ਚਾਹੀਦਾ ਵਾ ਕਿਉਂਕਿ ਲਗਾਤ ਜਿਸ ਤਰ੍ਹਾਂ ਗੋਲੀਆਂ ਚੱਲੀਆਂ ਵਾ ਪਿੰਡ ਦੇ ਵਿੱਚ ਮਾਹੌਲ ਕਾਫੀ ਤਣਾਅ ਪੂਰਵਕ ਹੈ ਇਸ ਵੇਲੇ ਹਾਂਜੀ ਹੈ ਨਾ ਤੇ ਕੀ ਹੋਣਾ ਚਾਹੀਦਾ ਸਾਡੇ ਪਿੰਡ ਵਿੱਚ ਇਹੋ ਜਿਹੀ ਕਈ ਗੱਲ ਪਹਿਲਾਂ ਹੋਈ ਨਹੀਂ ਕਿਉਂਕਿ ਇਹਦੇ ਬਾਰੇ ਵੀ ਲੜਾਈ ਝਗੜੇ ਹੁੰਦੇ ਸੀ ਉੱਦਾਂ ਹੀ ਹੱਥੋਂ ਪਾਈ ਹੁੰਦੇ ਕਿ ਗਲੋ ਗੁਲਾ ਕੱਢ ਲੈਂਦੇ ਸੀ ਇੱਕ ਦੂਜੇ ਨੂੰ ਕਿਉਂਕਿ ਆ ਪਹਿਲੀ ਵਾਰ ਗੋਲੀ ਵਾਲਾ ਤੇ ਹਮਲਾ ਹੋਇਆ ਸਾਡੇ ਇੱਥੇ ਤੇ ਲਾਲਾ ਲਾਲਾ ਹੋਈ ਇੱਥੇ ਬਹੁਤ ਜ਼ਿਆਦਾ ਵੀ ਮੁਹੱਲੇ ਵਾਲੇ ਕਹਿੰਦੇ ਪੈਂਦੇ ਅੱਜ ਮੀਂਹ ਵੀ ਇਹਨਾਂ 'ਤੇ ਹੋਇਆ ਵਾ ਤੇ ਕੱਲ੍ਹ ਨੂੰ ਹੋਰ ਕਿਤੇ 'ਤੇ ਵੀ ਹੋ ਸਕਦਾ ਵਾ ਵੀ ਕੱਲ੍ਹ ਮਤਲਬ ਸਾਡੇ 'ਤੇ ਵੀ ਹੋ ਸਕਦਾ ਜਾਂ ਹੋਰ ਕਿਸੇ ਆਂਢ ਗੁਆਂਢ 'ਤੇ ਵੀ ਹੋ ਸਕਦਾ ਵਾ ਖਤਰਾ ਬਣਿਆ ਹੋਇਆ ਪਿੰਡ 'ਤੇ ਪਿੰਡ 'ਤੇ ਖਤਰਾ ਬਣਿਆ ਕੀ ਹੋਣਾ ਚਾਹੀਦਾ ਪੁਲਿਸ ਤੋਂ ਕੀ ਮੰਗ ਕਰਦੇ ਹੋ ਇਹ ਵੀ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਕਾਰਵਾਈ ਕੀਤੀ ਜਾਵੇ ਵੀ ਪੁੱਛਿਆ ਗਿਆ ਵੀ ਤੁਹਾਡੇ ਤੋਂ ਕਿੱਥੋਂ ਪਿਸਤੌਲਾਂ ਕਿੱਥੋਂ ਹਥਿਆਰ ਆਏ ਆ ਤੁਸੀਂ ਕਿਸ ਕਾਰਨ ਕੀ ਕਰਦੇ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਨਰਾਇਣ ਸਿੰਘ ਜੀ ਕੀ ਮਾਮਲਾ ਕੀ ਸਰ ਮਾਮਲਾ ਭਾਜੀ ਇਦਾਂ ਡੀਜੇ ਤੋਂ ਲੜੇ ਕੀ ਗੱਲ ਹੋਈ ਡੀਜੇ ਤਾਂ ਮਤਲਬ ਇਹਨਾਂ ਦਾ ਚਾਚਾ ਸੀ ਆਹ ਮੁੰਡੇ ਦਾ ਤੇ ਮਤਲਬ ਸਾਡੇ ਨਾਲ ਵੀ ਇਹਨਾਂ ਦਾ ਪੂਰਾ ਪ੍ਰੇਮ ਪਿਆਰ ਸ਼ੁਰੂ ਤੋਂ ਚੱਲਦਾ ਆਇਆ ਦੀ ਮੰਮੀ ਦੇ ਨਾਲ ਪਿਓ ਡੈਡੀ ਇਹਦੇ ਸਾਰਿਆਂ ਦੇ ਨਾਲ ਪ੍ਰੇਮ ਪਿਆਰ ਹਾਂਜੀ ਇਹਨਾਂ ਨੂੰ ਸੱਦਿਆ ਵਾ ਉੱਥੇ ਜਿੱਦਾਂ ਮਤਲਬ ਸੱਦੀਦਾ ਰਿਸ਼ਤੇਦਾਰਾਂ ਨੂੰ ਸਾਡਾ ਪੂਰੀ ਮਤਲਬ ਵੀ ਇਹਨਾਂ ਨਾਲ ਪ੍ਰੇਮ ਪਿਆਰ ਜਿਹਨਾਂ ਸੱਦਿਆ ਹੈ ਤੇ ਮਤਲਬ ਉਹਨਾਂ ਦਾ ਇਹਨਾਂ ਦਾ ਚਾਚਾ ਰੌਲਾ ਪਾਉਂਦਾ ਵੀ ਇਹਨਾਂ ਨੂੰ ਕਿਉਂ ਸੱਦਿਆ ਹੈ ਸਾਡੇ ਨਾਲ ਲੜਾਈ ਕਰਦਾ ਅਤੇ ਸਾਡਾ ਮਤਲਬ ਇਹਨਾਂ ਨੂੰ ਨਹੀਂ ਸੱਦਣਾ ਅਤੇ ਅਸੀਂ ਇੱਕ ਰਾਂ ਆ ਵੀ ਗਏ ਇਹਨਾਂ ਦੇ ਘਰੋਂ ਵੀ ਨਹੀਂ ਆ ਲੜਾਈ ਹੁੰਦੀ ਆ ਅਤੇ ਤਾਂ ਚੱਲੀਏ ਘਰ ਅਸੀਂ ਇੱਥੇ ਬਾਹਰ ਖਲੋਤੇ ਹਾਂ ਸਾਰੇ ਮਤਲਬ ਆਂਢ ਗੁਆਂਢ ਸਾਰੇ ਇਕੱਠੇ ਹੋ ਗਏ ਇਹਨਾਂ ਦਾ ਛੋਟਾ ਮੁੰਡਾ ਤਾਂ ਨਹੀਂ ਯਾਰ ਉਹ ਤੁਹਾਨੂੰ ਸੱਦਿਆ ਇੰਨੇ ਦਿਨਾਂ ਦਾ ਆਪਾਂ ਵਿਆਹ ਵਿਆਹ ਕਰਨ ਦੇ ਹਾਂ ਜੇ ਆਪਾਂ ਨੱਚੇ ਰੌਣਕ ਮੇਲਾ ਨਹੀਂ ਕੀਤਾ ਤਾਂ ਕੀ ਫਾਇਦਾ ਇਹਦੇ ਕਹਿਣ ਤਾਂ ਫਿਰ ਚੱਲ ਗਏ ਹਾਂ ਬਾਕੀ ਇਹ ਨੇ ਵੀ ਇਹਨਾਂ ਨੇ ਸਾਡੀ ਇਹਨੇ ਸਾਡੀ ਗੱਲ ਕੀਤੀ ਆ ਉਹਨੇ ਡੀ ਜੇ ਬੰਦ ਕਰਵਾਉਂਦਾ ਹੀ ਆਉਂਦਾ ਵੀ ਆਪਾਂ ਨੱਚਣਾ ਹੀ ਨੱਚਣਾ ਵਾ ਅਤੇ ਇਹਨਾਂ ਦੇ ਨਾਲ ਨੱਚਣਾ ਮੈਂ ਇਸੇ ਗੱਲ ਤੋਂ ਰੌਲਾ ਪਾਉਣ ਡਿਆ ਪਿਆ ਜੀ ਇਹਨਾਂ ਨੂੰ ਦਵਾੜਿਆ ਘਰੇ ਸਾਨੂੰ ਉਹਨਾਂ ਦੇ ਉਹਦੀਆਂ ਭੈਣਾਂ ਵਾ ਉਹਨਾਂ ਨੇ ਮੈਨੂੰ ਧੱਕੇ ਧੁੱਕੇ ਮਾਰੇ ਬਾਕੀ ਇਹਨੇ ਵੀ ਮੁੰਡੇ ਨੂੰ ਉਹਨਾਂ ਨੂੰ ਧੋਕੇ ਮਾਰੇ ਵੀ ਤੁਸੀਂ ਇਹਨਾਂ ਨੂੰ ਕਿਉਂ ਧੱਕੇ ਮਾਰੇ ਬਾਕੀ ਆਹਦੇ ਯਾਰ ਤੂੰ ਮਤਲਬ ਵੀ ਜਾਓ ਜ਼ਰੂਰ ਲੜਾਈ ਕਰਨੀ ਉਹ ਚਾਪੋ ਆਪਣੇ ਘਰੇ ਚੱਲ ਜਾਓ ਫਿਰ ਆ ਕੇ ਸੜਕ 'ਤੇ ਗਾਲਾਂ ਕੱਢਦਾ ਰਿਹਾ ਉਹਨਾਂ ਦੀਆਂ ਭੈਣਾਂ ਮੇਰੇ ਲਾਗੇ ਖਲੋਤੀਆਂ ਉਹ ਦਾਤਰ ਵੀ ਲੈ ਕੇ ਆਇਆ ਘਰੋਂ ਉਹਨਾਂ ਦੀ ਕੁੜੀਆਂ ਨੇ ਵੇਖਿਆ ਉਹਨਾਂ ਦੇ ਦਾਤਰ ਲੈ ਗਏ ਫਿਰ ਉਹਨੂੰ ਘਰੇ ਵਾੜ ਕੇ ਆਏ ਬੰਦੇ ਨੂੰ ਫਿਰ ਇਹ ਗੱਲ ਅਸੀਂ ਉਹਨਾਂ ਨਾਲ ਗੱਲਬਾਤ ਇੱਦਾਂ ਕਰਦੇ ਰਹੇ ਉਹ ਬੰਦੇ ਦੇ ਜਿਹੜੇ ਚਾਚੇ ਤਾਂ ਇਹਨਾਂ ਦੇ ਉਹਨਾਂ ਨਾਲ ਵੀ ਗੱਲਾਂ ਨਹੀਂ ਹੁੰਦੀਆਂ ਰਹੀਆਂ ਉਹਦੇ ਕੋਈ ਨਹੀਂ ਯਾਰ ਉਹ ਸ਼ਰਾਬੀ ਆ ਸ਼ਰਾਬ ਪੀਤੀ ਉਹ ਹੈ ਹੀ ਗਲਤ ਆ ਸਾਰਾ ਪਿੰਡ ਨੂੰ ਪਤਾ ਉਹ ਗਲਤ ਆ ਕਿ ਤੁਸੀਂ ਆਪਾਂ ਆਪਣੇ ਘਰੇ ਜਾਓ ਅਸੀਂ ਫਿਰ ਇੱਥੇ ਆਪਾਂ ਖਲੋਤੇ ਅਸੀਂ ਤਾਂ ਸਗੋਂ ਜਨਾਨੀਆਂ ਦੇ ਨਾਲ ਖਲੋਤੇ ਹਾਂ ਵੀ ਚੱਲ ਕੋਈ ਨਹੀਂ ਆਪਾਂ ਕਿਹੜਾ ਲੜਨਾ ਲੁੜਨਾ ਸਾਰੇ ਮਤਲਬ ਆਂਢ ਗੁਆਂਢ ਸਾਡੇ ਅਤੇ ਉਹ ਫਿਰ ਆਏ ਜੀ ਕੋਠੇ 'ਤੇ ਚੜ ਗਿਆ ਮੈਂ ਇਹਨਾਂ ਦੇ ਉਹ ਕਰ ਦੇਣਾ ਜੇ ਕਰ ਦੇਣਾ ਵਾ ਫਿਰ ਅਜੇ ਉਹਨਾਂ ਦੀਆਂ ਕੁੜੀਆਂ ਉਹਦੀਆਂ ਭੈਣਾਂ ਸਾਡੇ ਲਾਗੇ ਖਲੋਤੀਆਂ ਜਦੋਂ ਉਹਨੇ ਰੋੜਾ ਸਟਾਰਟ ਕੀਤਾ ਚਲਾਉਣਾ ਸਾਡੇ ਲਾਗੇ ਖਲੋਤੀਆਂ ਉਹਨਾਂ ਨੇ ਆਪ ਕਿਹਾ ਵੀ ਮੇਰੀ ਮਾਰ ਦੇ ਇਹਨਾਂ ਦੇ ਨਹੀਂ ਵੱਜਣਾ ਚਾਹੀਦਾ ਪਰ ਉਹਨੇ ਹਟਿਆ ਨਹੀਂ ਉਹਨੇ ਜਿਉਂ ਰੋੜਾ ਚਲਾਉਣਾ ਸ਼ੁਰੂ ਕੀਤਾ ਫਿਰ ਉਹ ਆਪਣੇ ਘਰੇ ਚਲ ਗਿਆ ਫਿਰ ਅੱਜ ਤੇ ਬੰਦਿਆਂ ਨੂੰ ਇਹਨਾਂ ਲੱਗ ਆਂਢ ਗੁਆਂਢ ਪੁੱਛ ਲਿਓ ਕਿਸੇ ਨੂੰ ਸੜਕ 'ਚ ਖਲੋ ਗਏ ਉਹਨਾਂ ਨੂੰ ਮੈਂ ਵੀ ਕਿਹਾ ਚਾਚਾ ਜੀ ਥੱਲੇ ਉੱਤਰ ਜਾਓ ਵੀ ਨਿਆਣਿਆਂ ਦੇ ਵੱਜ ਜੂਗਾ ਗਾੜੀ ਨਿਆਣੇ ਆ ਉਹ ਫਿਰ ਵੀ ਚਲਾਈ ਗਿਆ ਰੋੜੇ ਚਲਾਈ ਗਿਆ ਅਤੇ ਬਾਅਦ 'ਚ ਇੱਦਾਂ ਮਤਲਬ ਆਹ ਮੁੰਡੇ ਦੇ ਕਹਿਣ 'ਤੇ ਆਉਂਦਾ ਯਾਰ ਨਹੀਂ ਮੇਰੀ ਮੰਨੋ ਸਾਡੇ ਘਰ ਵਿਆਹ ਵਾ ਵਹੁਟੀ ਨਵੀਂ ਆਈ ਉਹ ਕਹੂਗਾ ਵੀ ਆਹ ਕੀ ਸਿਆਪਾ ਪਾਇਆ ਵੀ ਅਜੇ ਪਹਿਲੇ ਦਿਨ ਆਈ ਆ ਅਤੇ ਇਹਨਾਂ ਦੇ ਘਰ ਆਹ ਕੰਜਰ ਕਰਨਾ ਹੋਇਆ ਇਹਦੇ ਕਹਿਣ 'ਤੇ ਅਸੀਂ ਘਰੇ ਚੱਲ ਗਏ ਨੇ ਸਾਰਿਆਂ ਨੂੰ ਸਾਨੂੰ ਕਿਹਾ ਵੀ ਨਹੀਂ ਯਾਰ ਮੰਨੋ ਹੱਥ ਜੋੜ ਕੇ ਕਹਿੰਦਾ ਚੱਲ ਜਾਓ ਯਾਰ ਘਰੇ ਚੱਲ ਗਏ ਆਪਾਂ ਆਪਣੇ ਘਰੋਂ ਘਰੇ ਚੱਲ ਗਏ ਹਾਂ ਉਹ ਉਤਰਿਆ ਪੰਜਾਂ ਸੱਤਾਂ ਮਿੰਟਾਂ ਬਾਹਰ ਕੋਠੇ ਤੋਂ
आप मुंडे नूं भी पता है ते सामने नूं विखाया है इन्हें सानूं कहा भी अंदर वड़ जाओ ते ओह बंदा जो कोठे ते चढ़िया ही चंगा भला ते कल दे रात दे बदोए दे लै गए ही परसों है जी इहदा सिर पड़ गया वा ओह अजे आदे टंके लगने पता नहीं किहड़े हॉस्पिटल गए कि किहड़े नहीं गए अहीं सवेरे वेख्या ते जी इहनां नाल परचा कराया सिर पटा सी हाँ जी ये सानूं किसे नूं नहीं पता सिर्फ उन्हां च ही पता उन्हां दा आपस च मगर गए हाँ बगैर सरपंच के कहने गए हाँ मोहतबारा के कहने गए भी नगर मगर जाओ आदम इन लैके गए नाल भी आ चलीए यार वेर गया हॉस्पिटल आँदे पता नहीं केड़ा सिविल आहो उ कहते भी उत्थे होना उत्थे मुंडा गया उतो पुछ गिछ करके आया यार इतने आए 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 उतों गए कहते पता नहीं कहते भी डेढ़ घंटा हो गया इतों चल गए उन्होंने फोन किया भी उन्होंने दसो ही पता लैन आइए सरपंच आते मतलब जाना चाहिए मगर जो कोई नुकसान ज नहीं भी तेजे को होदा ही हुआ आप उन्होंने मगर भी गए हैं वो सू लभे नहीं आ फोन पानी उन्होंने किया भी आप नंबर दे दो मुंडे का भी जे सट लगी है जो भैन का नंबर दे दो अभी वह गलबात कर लेने पर कुछ भी नहीं फिर भी आई पुलिस वाले आते यार कोई नहीं ऐसी गल नहीं कोई आप बह के गलबात कर लेंगे ये चाचे तो आए आते चल कोई नहीं अं एक मुंडा आटा घर ही आ अं दरगाह से वीरवार मत्था मुत्था टेकन गए हैं आए अजे इतने घर आए आ बच्चे ही मेरे घर मेरी मम्मी ही यदी भैन भी इतने ही जो मुंडे का विह उस टाइम घर ही छोटा मुंडा ही छोटा भरा ही मेरा वह भी इतने ही उन्हें पहले इतने गाला क्ढ़िया फिर एक गोली उन्हें मारी पहला वो बार वाले गेट से वह निशान पिया अजे भी फिर दो चार गोलियां चलाइया ये हौली हौली आँदी चढ़ के तो कोठे से भजे आ एक उन्हें चो मुंडा आया अंदर उन्हें अंदर आके गोली चलाई इतने अवे भन्न तोड़ करके अंदरों चल गया तो जो इन्हें रौला पाया भी नहीं मर गए मर गए मर गए लोगों ने साढ़े फिर वह मिनटों मिनट स्कूटरी मोटरसाइकिल लैके निकल गए अं तो भाजी रोज अंदर बहर जाने काम करते तो शहर इन पास आ भी साढ़े नाल ही जाता मुंडा अं ढाई तीन बजे भी आ जाने दो बजे बारह बजे जिन्ने बजे छुट्टी होए आ तो फिर खतरा ही ना साडा चार पांच फायर किए हथियार बस पुलिस वाले पता आते तिना पिस्तौलों से गोलियां निकलियां तीन प्रकार के वो कहन डे उन्होंने दिते आ फोटो फूटो उन्हें खिंच लिए मौके पर आ गए सरपंच जो भी आडे मोहतबार पिंड के हाँ जी उन्होंने तो खतरे वाली गल होगी हम आप होर काम तो करना ही पैना बाहर जाके जो गोली उन्हें चलाती है सामने कहीं ने वेख्या नहीं न्याणे न्यूने सारे आडे बच्चे इतने तुरे फिर इस तो वो होर की खतरा हो सकता वो चाहते हैं भी सू गांह तो उन्हों तो छुटकारा मिले अं अजे भी आने भी अं यह पंगे च पेंदे नहीं है परचा और कर जरूर करावे भी योजे काम उन्हें जो गलत किया कार्रवाई हो वैसे भी जेडे बंदे ना जो मुंडे लैके आए इन्हों का बनेवा वो मुंडे का जिदे लड़ाई हुई है वो काफ़ी दिन तो इतने रहन दिया वा भी वह पहला भी योजे काम करके आया इतने हाँ जी हाँ जी गोलियां गलियां चला के आया सारे ने इन्हें लागे बने पता भी यार इदा दुकान करके आया है पर आप क्यों कि इन्हें गलबात करनी है साढ़े वालों जो मर्जी करके आया हो हाँ जी हाँ जी मुर्गी महला मर्जी महल तो इतों कितों बाकी इन्हों भैनों पता वो उन्होंने जिन्हों का मुंडा उन्होंने पता वा वो आप ही तो उन्होंने मुंडे ना लैके आए उदन के नचते फिरते भैन चो पहला ता बंदा योजे कांड करके आया वा उन्होंने तो ही फिर इतने नाल ले फिर दिया बंद कराने लैके गोली चली जी जो उ गोली चलना हाले इन्ना सामने नहीं आया बाकी जो मदई कह मदइया के हिसाब न उन्होंने आप दरखास्त ली आ दोवे धिर इकट्ठा करके जो भी सच होगा वो बनती कानूनी कार्रवाई की जाएगी जी सर थोड़ी जांच पता लगा झगड़ा कदे तो डीजे डूजे लैके आया इन्होंने बनती कानूनी कार्रवाई की जा रही है दुखी भैन भरावां दे सज्जे हमदर्द बाबा जलाल शाह 9786-86-799 पता लुधियाना पंजाब मेरे किते नूं मेरे तो अलावा कोई कट नहीं सकदा 100% गारंटी नाल पाओ हर परेशानी दा हल परेशानी जिवें लव मैरिज प्यार च धोखा प्रेमी प्रेमिका च झगड़ा सौतन दुश्मन दा खात्मा तलाक केस जमीनी झगड़ा कर्जा मुक्ति विदेश यात्रा विदेश च पक्के होना लाटरी नंबर पाओ 649 होवे जां लोटो मैक्स गुप्त वशीकरण करवाओ मन चाहा प्रेमी प्रेमिका अपने वस विच करो प्यार धोखा खा चुके प्रेमी प्रेमिका एक बार जरूर संपर्क कर मैं तुहाडा प्यार टुट नहीं देवांगा बाबा जलाल शाह 9786-86-799 पता लुधियाना।